पता है तेनू अल्लाह का नाम ही। बस फोन गिल्ला बन पता कर दी लो अपना काम चल पे आप की लगे आहो जो आप अगले काम वाले चलिए अगर हूँ आप करना बंद कर लो जी ए आप वेख लो कि सारा माल बना लिया गाजर का छोटे छोटे टोटे इतने इन्या दूसरी छुरी लेवे ना मुंडी हेलो दादू जी इना भी नाल काम करती पई है वाह भाई इना वाह कि मैं रख दी पई सही नहीं होंगी क्यों नहीं सही होंगी पई ले ये कहाँ बेचे फिर दे जी चिड़ा रिया पीथू पीथी परा आ जा यार चल दो लिया वेखो ना जी आप इन बिचू ए माल कढ़ दिने इस तरह हाँ कर लेता मुड़ देख ली इस तरह जी जल्दी जा ਇਸ ਤਰ੍ਹਾਂ ਤੁਸੀਂ ਜਨਾਬ ਗਾਜਰਾਂ ਦੇ ਪੀਸ ਬਣਾ ਲੈਣੇ ਨੇ ਲਓ ਜੀ ਇਹ ਕੰਮ ਗਿਆ ਜੀ ਆਪਣਾ ਮੁੱਕ ਅਤੇ ਇਹ ਵੇਖੋ ਜੀ ਆਪਾਂ ਗਾਜਰਾਂ ਬਣਾ ਲਈਏ ਹੁਣ ਆਪਾਂ ਜਨਾਬੇ ਵਾਲਿਆਂ ਨੂੰ ਧੋਣਾ ਨਹੀਂ ਇਹ ਸਾਲਣ ਤਾਂ ਨਹੀਂ ਪਕਾਉਣਾ ਨਹੀਂ ਇੰਨਾ ਮਾਈ ਸੱਟ ਪਰ ਬਸ ਇਹਦੇ ਗਾਜਰ ਗਏ ਕੋਲ ਛੁਰੀਆਂ ਫੜ ਇਹਨਾਂ ਛੁਰੀਆਂ ਰੱਖ ਤੂੰ ਲਓ ਜੀ ਹੁਣ ਆਪਾਂ ਗਾਜਰਾਂ ਨੂੰ ਧੋਣ ਲੱਗੇ ਜੀ ਇਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਣਾ ਹੈ इस तरह ना जी थले नहीं डिगन देना ठीक है ना गाजर बिच निकल गया फल वेखो ए निकला जाता पानी ते अपने को नलका भी तक खड़ा दो भी लेते हैं कितने थे जी पीस किवें कीता गाजर का छोटा छोटा करके तुसी भी इस तरह ही करना है
ਅਜੇ ਇੱਕ ਹੋਰ ਨਿਕਲਿਆ ਜੀ ਆਪਾਂ ਜਨਾਬੇ ਵਾਲਾ ਇਹਨਾਂ ਨੂੰ ਲਿਆ ਨੇ ਦੋ ਇਹਦਾ ਕੱਢ ਦੇਣਾ ਆਪਾਂ ਜਨਾਬੇ ਵਾਲਾ ਪਾਣੀ ਆਪਣੀਆਂ ਗਾਜਰਾਂ ਗਈਆਂ ਜੀ ਧੁੱਪ ਆ ਜਾਓ ਜੀ ਜੀ ਆਪਾਂ ਆ ਜਾਓ ਲਓ ਜੀ ਆਪਾਂ ਇਹ ਬੱਠਲ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਧੋ ਲਈ ਆ ਜੇ ਤੇ ਇਹਨਾਂ ਹਾਂ ਉਹ ਇਹਦੇ ਵਿੱਚ ਕੜ ਕੜ ਦਿੰਦੇ ਵਿੱਚ ਪਾ ਦਿੰਦੇ ਦੇਗੀ ਨਾ ਨਹੀਂ ਕਰਦੇ ਨਾ ਇਹ ਨਹੀਂ ਕਰਦੇ ਸੁੱਕੀਆਂ ਪਈਆਂ ਕਿੰਨੀਆਂ ਸਾਰੀਆਂ ਗਾਜਰਾਂ ਆਈਆਂ ਕੋਈ ਕੁੜੀ ਕੁੜੀ ਥੋੜੀਆਂ ਨਹੀਂ ਰਹਿ ਗਈਆਂ ਇਹਨੂੰ ਪਾਣੀ ਨਾ ਲਿਆਵੀ ਵਿੱਚ ਬਸ ਨਿਚੋੜ ਨਿਚੋੜ ਦੇ ਮਕਸਦ ਇਹ ਹੈ ਕਿ ਜੀ ਪਾਣੀ ਇਹਦੇ ਵਿੱਚ ਨਾ ਰਵੇ ਆ ਵੇਖੋ ਨਾ ਇਸ ਤਰ੍ਹਾਂ ਗਾਜਰਾਂ ਜਿਹੜੀਆਂ ਨੇ ਜੀ ਇਹਨੂੰ ਆਉਂਦੇ ਨੇ ਚੀਨੀ ਲਓ ਜੀ ਆਪਾਂ ਇਹਨੂੰ ਨਾ ਇਹ ਧੋਤਾ ਪਲੇਟ ਫੜ ਲੈਣ ਕਰੋ ਲਓ ਜੀ ਮਕਸਦ ਪਤਾ ਕੀ ਹੈ ਜੀ ਵੀ ਇਹਦੇ ਵਿੱਚ ਸਾਰੀਆਂ ਗਾਜਰਾਂ ਪੂਰੀਆਂ ਨਹੀਂ ਆਉਂਦੀਆਂ ਪਈਆਂ ਅਤੇ ਹੁਣ ਆਪਾਂ ਤੁਹਾਨੂੰ ਸਾਰੀ ਤਰਤੀਬ ਸਿਖਾਉਂਦੇ ਵੀ ਮਕਸਦ ਕਿਸ ਵਾਸਤੇ ਲਓ ਇਹ ਨਹੀਂ ਕੋਈ ਗਾਜਰਾਂ ਪਾਣੀਆਂ ਥੱਲੀ ਤਹਿ ਲਾ ਗਏ ਲਓ ਜੀ ਇਹਨਾਂ ਜਿਹੜਾ ਨੇ ਨਾ ਆਹ ਨਿੱਕੀ ਥੇ ਲੈ ਆਈ ਨੇ ਇਹਦੇ ਵਿੱਚ ਨਾ ਜੀ ਖੁੱਲ੍ਹਾ ਹੀ ਨਹੀਂ ਇਸ ਤਰ੍ਹਾਂ ਨਾ ਜੀ ਚੀਨੀ ਵਿਖਾ ਜਿੱਥੋਂ ਨਿਕਲਦੀ ਪਈ ਮੁੜ ਲੈ ਜਾ ਪਿੱਛੇ ਇਸ ਤਰ੍ਹਾਂ ਜੀ ਇਹ ਚੀਨੀ ਕੱਢਦੇ ਪੈ ਜੇ ਆਪਾਂ ਚੀਨੀ ਪਾ ਦਿੱਤੀ ਆਪਾਂ ਕੋਈ ਪਾਣੀ ਨਹੀਂ ਪਾਉਣਾ ਕੋਈ ਕੁਛ ਨਹੀਂ ਪਾਉਣਾ ਨਾ ਘਿਓ ਪਾਉਣਾ ਨਾ ਕੁਛ ਵੀ ਨਹੀਂ ਪਾਉਣਾ ਲਓ ਜੀ ਇਹ ਤੂੰ ਫਿਰ ਗਾਜਰਾਂ ਚੱਕਣੀਆਂ ਇੱਥੇ ਫਿਰ ਚੱਕਣੀਆਂ ਗਾਜਰਾਂ